ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਗੁਰਜੀਤ ਸਿੰਘ ਵਾਲੀਆ ਵਾਲੀਆ ਚੈਰੀਟੇਬਲ ਸੁਸਾਇਟੀ ਚੇਅਰਮੈਨ ਜਲੰਧਰ। ਮੇਰੇ ਵੱਲੋਂ ਮਹੱਲਾ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿੱਦਾਂ ਕਿ ਤੁਹਾਨੂੰ ਦੋਸਤੋ ਪਤਾ ਹੀ ਸੀ ਕਿ ਆਪਣਾ ਜਿਹੜਾ ਸੂਰੀ ਨਿਕਲੇ ਅਤੇ ਗੁਰੂ ਗੋਬਿੰਦ ਸਿੰਘ ਐਵੀਨਿਊ ਦੇ ਵਿੱਚ ਵਾਲੀਆ ਚੈਰੀਟੇਬਲ ਸੁਸਾਇਟੀ ਵੱਲੋਂ ਕੈਮਰੇ ਲਗਵਾਏ ਗਏ ਨੇ ਅਤੇ ਜਿਹੜੀਆਂ ਹੋ ਰਹੀਆਂ ਲੁੱਟਾਂ ਖਸੁੱਟਾਂ ਤੋਂ ਨਿਜਾਤ ਦਵਾਉਣ ਲਈ ਵਾਲੀਆ ਚੈਰੀਟੇਬਲ ਸੁਸਾਇਟੀ ਅੱਗੇ ਆਈ ਹੈ। ਸਰਦਾਰ ਸੁਲੱਖਣ ਸਿੰਘ SHO ਸਾਹਿਬ ਜਿਨ੍ਹਾਂ ਨੇ ਮੇਰੇ ਕੋਲ ਇੱਕ ਪੁਆਇੰਟ ਦੀ ਮੰਗ ਕੀਤੀ ਸੀ, ਬਟ ਮੈਂ ਆਪਣੇ 4 ਪੁਆਇੰਟ ਉੱਥੇ ਲਗਵਾ ਦਿੱਤੇ ਆ। 3 ਮਹੀਨੇ ਦੇ ਅੰਦਰ ਲਗਵਾਉਣ ਦਾ ਵਾਅਦਾ ਕੀਤਾ ਸੀ, ਉਹ ਵਾਲੀਆ ਚੈਰੀਟੇਬਲ ਸੁਸਾਇਟੀ ਵੱਲੋਂ 1.5 ਮਹੀਨੇ ਦੇ ਵਿੱਚ ਪੂਰਾ ਕਰ ਦਿੱਤਾ ਗਿਆ। ਹੁਣ ਮੈਂ ਇੱਕ ਹੋਰ ਬੀੜਾ ਚੱਕਣ ਜਾ ਰਿਹਾ ਸਫਾਈ ਅਭਿਆਨ ਦਾ। ਮੈਂ ਖੁਦ ਸਫਾਈ ਪਸੰਦ ਬੰਦਾ ਔਰ ਮੈਂ ਚਾਹੁੰਦਾ ਕਿ ਜਿਹੜੀ ਸਾਡੀ ਸੂਬੀ ਨਿਕਲੇ ਉੱਤੇ ਗੁਰੂ ਗੋਬਿੰਦ ਸਿੰਘ ਐਵੀ ਦੀ ਮੈਂ ਸ਼ੁਰੂਆਤ ਇੱਥੋਂ ਕਰਨ ਜਾ ਰਿਹਾ ਕਿ ਜਿਹੜਾ ਸਫਾਈ ਅਭਿਆਨ ਮੈਂ ਇੱਥੋਂ 1 ਮਾਰਚ ਤੋਂ ਸ਼ੁਰੂ ਕਰਾਂਗਾ ਔਰ 3 ਮਹੀਨੇ ਦੇ ਅੰਦਰ ਇੱਥੇ ਦੇ ਜਿਹੜੇ ਮੇਨ ਰੋਡਸ ਹੈਗੀਆਂ ਨੇ ਜਿਹੜੀਆਂ ਸੂਰੀ ਨਿਕਲੇ ਉੱਤੇ ਗੁਰੂ ਗੋਬਿੰਦ ਸਿੰਘ ਐਵੀਨਿਊ ਦੇ ਮੈਂ ਉਹ ਸਾਰੇ ਸਫਾਈ ਉਹਨਾਂ ਦੇ ਵਿੱਚ ਮੈਂ ਨੀਟ ਐਂਡ ਕਲੀਨ ਕਰਾਂਗਾ। ਔਰ ਮੈਂ ਇਹ ਜਿਹੜੀ ਆਪਣੀ ਇੰਟਰਵਿਊ ਦੇ ਰਿਹਾ, ਮੈਂ ਆਪਣੇ ਮੋਹਾਲੀ ਮੇਰਾ ਬਿਜ਼ਨਸ ਹੈ, ਅੱਜ ਮੈਂ ਇੱਥੇ ਆ ਨਹੀਂ ਸਕਿਆ, ਇਸ ਕਰਕੇ ਮੈਂ ਇਹਦੀ ਸ਼ੁਰੂਆਤ ਇੱਥੋਂ ਮੋਹਾਲੀ ਤੋਂ ਕਰ ਰਿਹਾ। ਇੱਥੋਂ ਮੋਹਾਲੀ ਮੇਰਾ ਪਿੰਡ ਕਾਲੀ ਵਾਲੀ ਆ, ਮੇਰਾ ਰੀਅਲ ਸਟੇਟ ਦੇ ਨਾਮ 'ਤੇ ਮੇਰਾ ਘਰ ਹੈ ਅਤੇ ਇਸ ਕਰਕੇ ਮੈਨੂੰ ਇੱਥੇ ਜ਼ਰੂਰਤ ਮੈਨੂੰ ਨਾ ਇੱਥੇ ਮੈਂ ਕੰਮ ਸੀ, ਮੈਂ ਕੰਮ ਲਈ ਕੰਮ ਦੇ ਪ੍ਰਤੀ ਇੱਥੇ ਆਇਆ ਸੀ, ਬਟ ਮੈਂ ਵਾਪਸ ਨਹੀਂ ਜਾ ਸਕਿਆ ਜਲੰਧਰ। ਇਸ ਕਰਕੇ ਮੈਂ ਇਹ ਚੰਗੇ ਕੰਮ ਦੀ ਸ਼ੁਰੂਆਤ ਇੱਥੋਂ ਕਰ ਰਿਹਾ ਔਰ ਸਫਾਈ ਜਿਹੜੀ ਹੈ ਸੂਰੀ ਇਨਕਲੇਵ ਅਤੇ ਐਵੀਨਿਊ ਦੇ ਵਿੱਚ ਮੈਂ ਨੀਟ ਐਂਡ ਕਲੀਨ ਕਰਨ ਦਾ ਵਾਅਦਾ ਕੀਤਾ ਉਹ ਮੈਂ ਕਰ ਰਿਹਾ ਔਰ ਮੈਂ ਇੱਥੋਂ ਇਹਦੀ ਸ਼ੁਰੂਆਤ ਇੱਥੋਂ ਕਰ ਰਿਹਾ।